पंजाब सरकार की ओर से लोगों को सहूलतें देते हुए नई एप्लीकेशन की शुरुआत की गई है, जिसकी जानकारी देते हुए एसडीएम गुरसिमरन सिंह ढिल्लों ने बताया है कि पहले लोगों को नाके पर रोके जाने के बाद कागजात ना होने के चलते लोगों के चालान हुआ करते थे, पर अब लोग सरकार द्वारा शुरू किए गए ऐप एम परिवहन और डीजी लॉकर में अपने डॉक्यूमेंट रख सकते हैं। वे पुलिस द्वारा डॉक्यूमेंट्स मांगने पर अब लोग डिजिटल ऐप में रखे डॉक्यूमेंट्स भी दिखा सकते हैं, जिसके चलते उनके चालान नहीं होंगे। एसडीएम पठानकोट गुरसिमरन सिंह ढिल्लों ने लोगों से अपने मोबाइल में ये दो ऐप रखने के लिए अपील की है। ਇਹਦੇ ਵਿੱਚ ਇਸ ਤਰ੍ਹਾਂ ਜੀ ਕਾਫੀ ਵੇਖਣ 'ਚ ਆਇਆ ਕਿ ਟ੍ਰੈਫਿਕ ਪੁਲਿਸ ਵੱਲੋਂ ਜਾਂ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਅਤੇ ਕੁਛ ਵਹੀਕਲ ਓਨਰਸ ਕੋਲ ਮੌਕੇ 'ਤੇ ਆਪਣੇ ਕਾਗਜ਼ਾਤ ਨਹੀਂ ਵਿਖਾਏ ਜਾਂਦੇ, ਉਹਨਾਂ ਕੋਲ ਜਾਂ ਤਾਂ ਡਰਾਈਵਿੰਗ ਲਾਇਸੈਂਸ ਜਾਂ ਆਰ ਸੀ ਜਿਹੜੀ ਹੈ ਉਹ ਘਰੇ ਭੁੱਲ ਗਏ ਹੁੰਦੇ ਆ ਜਾਂ ਅਦਰਵਾਈਜ਼ ਕੈਰੀ ਨਹੀਂ ਕਰ ਰਹੇ ਹੁੰਦੇ, ਉਹਨਾਂ ਲਈ ਟਰਾਂਸਪੋਰਟ ਡਿਪਾਰਟਮੈਂਟ ਦੀ ਇੰਸਟਰਕਸ਼ਨ ਆਈ ਹੈ ਕਿ ਡਿਜੀਟਲ ਫਾਰਮੈਟ ਦੇ ਵਿੱਚ ਵੀ ਇਹ ਡਾਕੂਮੈਂਟਸ ਨੂੰ ਕੈਰੀ ਕਰ ਸਕਦੇ ਨੇ। ਇਹਦੇ ਵਿੱਚ ਡਿਜੀ ਲੌਕਰ ਪਲੱਸ ਸਾਡੇ ਐਮ ਪਰਿਵਾਹਨ ਕਰਕੇ ਇੱਕ ਐਪ ਹੈਗੀ ਆ ਜੋ ਕਿ ਐਂਡਰਾਇਡ 'ਤੇ ਵੀ ਚੱਲਦੀ ਹੈ ਅਤੇ ਆਈ ਓ ਐਸ 'ਤੇ ਵੀ ਚੱਲਦੀ ਹੈ। ਐਮ ਪਰਿਵਾਹਨ ਦੇ ਵਿੱਚ ਲੌਗਇਨ ਕਰਕੇ ਆਪਣੇ ਵਹੀਕਲ ਡਿਟੇਲਸ ਪਾ ਕੇ, ਜਿਸ ਤਰ੍ਹਾਂ ਕਿ ਆਪਣਾ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਅਤੇ ਇੰਜਨ ਨੰਬਰ ਪਾ ਕੇ ਉਹ ਆਪਣੀ ਡਾਊਨਲੋਡ ਕਰ ਸਕਦੇ ਨੇ ਰਜਿਸਟ੍ਰੇਸ਼ਨ ਸਰਟੀਫਿਕੇਟ। ਇਸੇ ਤਰ੍ਹਾਂ ਹੀ ਉਹ ਆਪਣਾ ਡਰਾਈਵਿੰਗ ਲਾਇਸੈਂਸ ਦਾ ਵੀ ਨੰਬਰ ਉਹਦੇ 'ਤੇ ਪਾ ਕੇ ਅਤੇ ਉਹਨੂੰ ਸਰਚ ਕਰਕੇ ਡਾਊਨਲੋਡ ਕਰ ਸਕਦੇ ਨੇ। ਜੇਕਰ ਕਿਸੇ ਵੀ ਚੈਕਿੰਗ ਦੌਰਾਨ ਐਨੀ ਪੁਲਿਸ ਆਫਿਸਰ ਇਨ ਯੂਨੀਫਾਰਮ ਜਾਂ ਕੋਈ ਟਰਾਂਸਪੋਰਟ ਅਫੀਸ਼ੀਅਲ ਜਿਹੜਾ ਵਾ ਉਹਨਾਂ ਕੋਲੋਂ ਡਾਕੂਮੈਂਟਸ ਦੀ ਮੰਗ ਕਰਦਾ ਤਾਂ ਡਿਜੀਲੋਕਰ ਜਾਂ ਐਮ ਪਰਿਵਾਹਨ ਦੇ ਵਿੱਚ ਉਹਨਾਂ ਨੂੰ ਦਿਖਾ ਸਕਦੇ ਨੇ ਅਤੇ ਇਹਨੂੰ ਲੀਗਲੀ ਵੈਲਿਡ ਮੰਨਿਆ ਜਾਏਗਾ ਅਤੇ ਕਿਸੇ ਕਿਸਮ ਦਾ ਚਲਾਨ ਜਿਹੜਾ ਡਿਜੀਟਲ ਫਾਰਮੈਟ 'ਚ ਸ਼ੋਅ ਕਰਨ 'ਤੇ ਜਿਹੜਾ ਵਾ ਉਹ ਨਹੀਂ ਕੀਤਾ ਜਾਏਗਾ। I hope once you visit this campus, your all queries regarding admission shall be fulfilled. Do visit us before seeking admission anyway. Ragi Home Decor. Give your home, offices, interior and exterior walls, ceiling, furniture and door panel an elegant look. Expert in UV PVC wall, wallpapers, partition jali. Aapki kalpanik soch ko utare aakar mein. और आकार सवारे वार्ड नंबर 11 नियर नोबेल्टी मॉल ममून रोड पठानकोट।